ਤੇ ਸਭ ਤੋਂ ਵੱਡਾ ਮੁੱਦਾ ਛਿੜਿਆ ਹੋਇਆ ਸੀ ਅੰਮ੍ਰਿਤਪਾਲ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕਰਨ ਦਾ, ਕਿਉਂਕਿ ਇੱਕ ਪਾਸੇ ਵਕੀਲ ਮਾਨ ਸਿੰਘ ਖਾਰਾ ਵੱਲੋਂ ਪਟੀਸ਼ਨ ਪਾਈ ਗਈ ਸੀ ਹੈਬੀਅਸ ਕਾਰਪਸ ਦੀ ਕਿ ਅੰਮ੍ਰਿਤਪਾਲ ਨੂੰ ਇਲੀਗਲ ਕਸਟਡੀ ਦੇ ਵਿੱਚ ਰੱਖਿਆ ਗਿਆ, ਪੁਲਿਸ ਦੇ ਕੋਲ ਰੱਖਿਆ ਗਿਆ, ਇਲੀਗਲ ਕਸਟਡੀ ਦੇ ਕੋਲ ਰੱਖਿਆ ਗਿਆ, ਪੁਲਿਸ ਨਹੀਂ ਦੱਸ ਰਹੀ। ਪਰ ਉਹ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ, ਸਰਕਾਰ ਦੇ ਵਕੀਲਾਂ ਵੱਲੋਂ ਇਸ ਗੱਲ ਦੀ ਨਿਖੇਧੀ ਕੀਤੀ ਜਾ ਰਹੀ ਸੀ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਅੰਮ੍ਰਿਤਪਾਲ ਫਰਾਰ ਹੈ, ਅੰਮ੍ਰਿਤਪਾਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਕਿ ਹੁਣ ਤੱਕ ਹੋਈਆਂ ਸੁਣਵਾਈਆਂ ਦੇ ਵਿੱਚ ਇਮਾਨ ਸਿੰਘ ਖਾਰਾ ਨੂੰ ਖਾਸੀ ਝਾੜ ਜਿਹੜੀ ਹੈ ਉਹ ਪਾਈ ਗਈ ਹੈ ਹਾਈ ਕੋਰਟ ਦੇ ਵੱਲੋਂ, ਕਿ ਇਹ ਕਿਹਾ ਗਿਆ ਹੈ ਕਿ ਇਸ ਬਾਰੇ ਸਬੂਤ ਲਿਆਏ ਜਾਣ, ਸਿਰਫ ਗੱਲਾਂ ਹੀ ਨਾ ਕੀਤੀਆਂ ਜਾਣ। ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਜਦੋਂ ਅੰਮ੍ਰਿਤਪਾਲ ਗ੍ਰਿਫਤਾਰ ਹੁੰਦਾ ਅਤੇ ਉਸ ਗੱਲ ਦਾ ਸਬੂਤ ਵੀ ਮਿਲ ਜਾਂਦਾ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅੰਮ੍ਰਿਤਪਾਲ ਫਰਾਰ ਸੀ, ਅਤੇ ਇਮਾਨ ਸਿੰਘ ਖਾਰਾ ਉੱਥੇ ਵੀ ਕਿਤੇ ਨਾ ਕਿਤੇ ਝੂਠੇ ਪੈਂਦੇ ਦਿਖਾਈ ਦਿੱਤੇ ਨੇ, ਜਿੱਥੇ ਇਲੀਗਲ ਕਸਟਡੀ ਹੋਣ ਦੀ ਦਾਅਵਾ ਕਿ ਦਾਅਵੇ ਕੀਤੇ ਜਾ ਰਹੇ ਸੀ, ਇਲੀਗਲ ਕਸਟਡੀ ਦੇ ਵਿੱਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਉੱਥੇ ਹੀ ਹੁਣ ਇਹ ਸਾਬਿਤ ਹੋ ਗਿਆ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਬੀਤੇ ਦਿਨੀਂ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਅੰਮ੍ਰਿਤਪਾਲ, ਅਤੇ ਉਸ ਤੋਂ ਬਾਅਦ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਉੱਥੇ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗੀ ਹੈਬੀਅਸ ਕਾਰਪਸ ਦੀ ਪਟੀਸ਼ਨ ਜਿਹੜੀ ਆ ਉਹ ਖਾਰਜ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਅੰਮ੍ਰਿਤਪਾਲ ਗ੍ਰਿਫਤਾਰ ਹੁੰਦਾ ਉਦੋਂ ਇਸ ਹੈਬੀਅਸ ਕਾਰਪਸ ਪਟੀਸ਼ਨ ਦਾ ਕੋਈ ਵੀ ਵਜੂਦ ਨਹੀਂ ਰਹਿ ਜਾਂਦਾ, ਕਿਉਂਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਸ਼ੋਅ ਕਰ ਦਿੱਤੀ ਜਾਂਦੀ ਹੈ, ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਮੋਗਾ ਦੇ ਇਸ ਪਿੰਡ ਰੋਡੇ ਦੇ ਵਿੱਚੋਂ। ਅਤੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਅੰਮ੍ਰਿਤਪਾਲ ਪੁਲਿਸ ਦੇ ਕੋਲ ਹੈ, ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਬਿਆਨ ਸਾਹਮਣੇ ਆ ਜਾਂਦੇ ਨੇ, ਤਾਂ ਹਾਈ ਕੋਰਟ ਦੇ ਵਿੱਚ ਲੱਗੀ ਹੈਬੀਅਸ ਕਾਰਪਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਹੈ ਹਾਈ ਕੋਰਟ ਦੇ ਵੱਲੋਂ। ਅਤੇ ਹੁਣ ਇਮਾਨ ਸਿੰਘ ਖਾਰਾ ਦੇ ਕੋਲ ਇੱਕ ਹੋਰ ਚੁਣੌਤੀ ਅੱਗੇ ਆ ਚੁੱਕੀ ਹੈ। ਬੀਤੀਆਂ ਸੁਣਵਾਈਆਂ ਦੇ ਵਿੱਚ ਖਾਸਾ ਵਿਰੋਧ ਜਿਹੜਾ ਉਹ ਝੱਲਣਾ ਪਿਆ ਇਮਾਨ ਸਿੰਘ ਖਾਰਾ ਨੂੰ, ਅੰਮ੍ਰਿਤਪਾਲ ਦੇ ਵਕੀਲ ਨੂੰ। ਇਸ ਤੋਂ ਇਲਾਵਾ ਝਾੜਾਂ ਵੀ ਪੈਂਦੀਆਂ ਰਹੀਆਂ ਇਸ ਪੂਰੇ ਮਾਮਲੇ ਨੂੰ ਲੈ ਕੇ। ਹੁਣ ਇਮਾਨ ਸਿੰਘ ਖਾਰਾ ਦਾ ਪੂਰਾ ਫੋਕਸ ਜਿਹੜਾ ਉਹ ਉਹਨਾਂ ਦੇ ਮੁਤਾਬਕ NSA ਦੇ ਤਹਿਤ ਅੰਮ੍ਰਿਤਪਾਲ ਤੋਂ ਬਚਾਉਣਾ ਹੋਵੇਗਾ। ਉਹਨਾਂ ਦਾ ਇਹ ਸਾਫ਼ ਕਹਿਣਾ ਸੀ ਕਿ ਹੁਣ ਉਹਨਾਂ ਦਾ ਅਗਲਾ ਜਿਹੜਾ ਮੋਟਿਵ ਹੈਗਾ ਉਹ NSA ਦੀ ਸਜ਼ਾ ਕੱਟ ਰਹੇ ਅੰਮ੍ਰਿਤਪਾਲ ਨੂੰ ਸਜ਼ਾ ਤੋਂ ਬਚਾਉਣਾ ਹੋਵੇਗਾ, ਇਹ ਉਹਨਾਂ ਦਾ ਮੋਟਿਵ ਹੋਵੇਗਾ। ਇਸ ਨੂੰ ਲੈ ਕੇ ਹੁਣ ਹਾਈ ਕੋਰਟ ਵੱਲ ਰੁੱਖ ਕਰ ਸਕਦੇ ਨੇ ਇਮਾਨ ਸਿੰਘ ਖਾਰਾ। ਔਰ ਇਸ ਪੂਰੇ ਮਾਮਲੇ ਦੇ ਵਿੱਚ ਦੂਜੇ ਪਾਸੇ ਅੰਮ੍ਰਿਤਪਾਲ ਦੇ ਸਾਥੀਆਂ ਦਾ ਜਿਹੜਾ ਵਕੀਲ ਹੈ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਸਾਥੀਆਂ ਨੂੰ ਵੀ ਬਚਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਵੇਗੀ। NSA ਦੇ ਤਹਿਤ ਸਜ਼ਾ ਕੱਟ ਰਹੇ ਅੰਮ੍ਰਿਤਪਾਲ ਦੇ 9 ਸਾਥੀ ਨੇ, ਜਿਨ੍ਹਾਂ ਵਿੱਚ ਪਪਲਪ੍ਰੀਤ ਵੀ ਹਾਲ ਹੀ ਵਿੱਚ ਸ਼ਾਮਿਲ ਹੋਇਆ, ਅਤੇ ਉਸ ਤੋਂ ਇਲਾਵਾ ਹੁਣ ਅੰਮ੍ਰਿਤਪਾਲ ਵੀ NSA ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਚੁੱਕਿਆ। ਯਾਨੀ ਕਿ ਕੁੱਲ 10 ਲੋਕ ਨੇ ਅੰਮ੍ਰਿਤਪਾਲ ਦੇ ਸਣੇ ਜਿਹੜੇ NSA ਦੇ ਤਹਿਤ ਸਜ਼ਾ ਕੱਟ ਰਹੇ ਨੇ, ਅਤੇ ਇਹਨਾਂ ਲੋਕਾਂ ਨੂੰ ਹੁਣ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਕ ਪਾਸੇ ਇਮਾਨ ਸਿੰਘ ਖਾਰਾ ਜੋ ਕਿ ਅੰਮ੍ਰਿਤਪਾਲ ਦਾ ਵਕੀਲ ਹੈ, ਦੂਜੇ ਪਾਸੇ ਅੰਮ੍ਰਿਤਪਾਲ ਦੇ ਸਾਥੀਆਂ ਦਾ ਵਕੀਲ ਹੈ, ਦੋਵਾਂ ਵੱਲੋਂ ਮਿਲ ਕੇ ਹੁਣ ਇਸ NSA ਦੇ ਤਹਿਤ ਕੋਈ ਮੁਹਿੰਮ ਛੇੜੀ ਜਾ ਸਕਦੀ ਹੈ, ਕੋਈ ਪਟੀਸ਼ਨ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਾਈ ਜਾ ਸਕਦੀ ਹੈ, ਕਿਉਂਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਸ਼ੋਅ ਹੋ ਚੁੱਕੀ ਹੈ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਇਮਾਨ ਸਿੰਘ ਖਾਰਾ ਦਾ ਕੀ ਬਿਆਨ ਸੀ, ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਅੱਜ ਦੇਖੋ ਜੀ, ਜੋ ਕੇਸ ਲੱਗੇ ਹੋਏ ਸੀ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਹੀਬੀਅਸ ਕਾਰਪਸ ਜੋ ਮੈਂ ਇਸ ਪਟੀਸ਼ਨਰ 19 ਮਾਰਚ ਨੂੰ ਪਾਈ ਸੀ, ਉਸਦੀ ਤਰੀਕ ਸੀ, ਤਾਂ ਉਸਦੇ ਵਿੱਚ ਕੀ ਹੈ ਵੀ ਜਿਵੇਂ ਜੋ ਕੱਲ੍ਹ ਜੋ ਹੋ ਗਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਟੇਨ ਕਰਕੇ ਅਤੇ ਉਹਨਾਂ ਨੇ NSA ਲਾ ਕੇ ਅਤੇ ਦਿਬੜੂਗੜ੍ਹ ਭੇਜ ਦਿੱਤਾ, ਤਾਂ ਉਸ ਰਿਟ ਪਟੀਸ਼ਨ ਦੇ ਜੋ ਸਾਡੀ ਜੋ ਬੇਸਿਕ ਐਪਰੀਹੈਂਸ਼ਨ ਸੀ, ਖਦਸ਼ਾ ਸੀ ਵੀ ਜਦੋਂ ਕੋਈ ਬੰਦਾ ਵਲਨਰੇਬਲ ਹੁੰਦਾ ਤਾਂ ਸਟੇਟ ਜਾਂ ਹੋਰ ਕੋਈ ਏਜੰਸੀ ਕੋਈ ਅਜਿਹਾ ਕੋਈ ਫੇਕ ਇਨਕਾਊਂਟਰ ਵਗੈਰਾ ਨਾ ਕਰਵਾ ਦੇਣ, ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ 19 ਮਾਰਚ ਨੂੰ ਉਹ ਜੋ ਰਿਟ ਪਟੀਸ਼ਨ ਪਾਈ ਸੀ। ਅਤੇ ਇਸ ਪਟੀਸ਼ਨ ਦੇ ਵਿੱਚ ਉਹ ਹੇਬੀਅਸ ਕਾਰਪਸ ਦਾ ਜਿੰਨਾ ਸਕੋਪ ਸੀ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋ ਜਾਵੇ, ਕੋਈ ਹਾਰਮ ਨਾ ਹੋ ਜਾਵੇ, ਉਸਦੀ ਪੂਰਤੀ ਦੇ ਵਿੱਚ, ਉਸਨੂੰ ਪੂਰਨ ਕਰਨ ਦੇ ਵਿੱਚ ਜੋ ਰਿਟ ਪਟੀਸ਼ਨ ਜੋ ਕਾਮਯਾਬ ਰਹੀ ਹੈ ਵੀ ਕੱਲ੍ਹ ਜੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ NSA ਲਾ ਕੇ ਅਤੇ ਉਹਨਾਂ ਨੂੰ ਜੋ ਹੈ ਦਿਬੜੂਗੜ੍ਹ ਭੇਜ ਦਿੱਤਾ ਗਿਆ, ਅਤੇ ਇਹ ਚੀਜ਼ ਦਾ ਸਾਨੂੰ ਜੋ ਖਦਸ਼ਾ ਹੈ ਹੁਣ ਇਹ ਦੂਰ ਹੋ ਚੁੱਕਿਆ ਵੀ ਕੋਈ ਫੇਕ ਇਨਕਾਊਂਟਰ ਵਗੈਰਾ ਦਾ। ਅਤੇ ਉਸ ਤੋਂ ਬਾਅਦ ਜੋ ਬਾਕੀਆਂ ਰਿਟ ਪਟੀਸ਼ਨਸ ਹੈਗੀਆਂ ਨੇ ਜੋ NSA ਦੇ ਡਿਟੈਨਿਊਜ਼ ਦੇ ਰਿਗਾਰਡਿੰਗ ਪਾਈਆਂ ਸੀ ਹੇਬੀਅਸ ਕਾਰਪਸ ਦੀਆਂ, ਉਸ ਵਿੱਚ ਅਸੀਂ ਅੰਡਰ ਦਾ ਹੇਬੀਅਸ ਕਾਰਪਸ ਇਹ ਚੈਲੰਜ ਕੀਤਾ ਸੀ ਵੀ ਜੋ ਉਹਨਾਂ ਦੀ NSA ਦੀ ਡਿਟੈਂਸ਼ਨ ਹੈ ਉਹ ਬਿਲਕੁਲ ਇਲੀਗਲ ਹੈ। ਅਤੇ ਉਸ ਤੋਂ ਬਾਅਦ ਮੈਂ ਦਿਬੜੂਗੜ੍ਹ ਗਿਆ ਸੀ, ਉਹਨਾਂ ਨੂੰ ਮਿਲਿਆ ਸੀ, ਜਿੰਨੇ ਵੀ ਗਰਾਊਂਡਸ ਆਫ ਆਰਡਰ ਆਫ ਡਿਟੈਂਸ਼ਨ, ਗਰਾਊਂਡਸ ਆਫ ਡਿਟੈਂਸ਼ਨ ਅਤੇ ਪਲੱਸ ਜੋ ਸਪੋਰਟਿੰਗ ਮਟੀਰੀਅਲ ਸੀ ਜੋ ਡੋਜ਼ੀਅਰ ਬਣਾਇਆ ਹੋਇਆ ਅਤੇ ਪੈਨ ਡਰਾਈਵਸ ਵਗੈਰਾ ਜੋ ਉਹਨਾਂ ਨੂੰ ਸਪਲਾਈ ਕੀਤੀਆਂ ਸੀ ਉਹ ਮੈਂ ਲੈ ਕੇ ਆ ਗਿਆ ਸੀ, ਅਤੇ ਉਹਨਾਂ ਨੂੰ ਅਸੀਂ ਔਨ ਪਲੇਸ ਔਨ ਰਿਕਾਰਡ ਕਰਨ ਦੇ ਲਈ, ਅਤੇ ਉਹਨਾਂ ਪਲੇਸ ਔਨ ਰਿਕਾਰਡ ਕਰਕੇ ਉਹਨਾਂ ਨੂੰ ਚੈਲੰਜ ਕਰਨਾ ਅਤੇ NSA ਨੂੰ ਚੈਲੰਜ ਕਰਨ ਦੇ ਲਈ ਅਸੀਂ ਜੋ ਟਾਈਮ ਸੀ ਕਰ ਰਹੇ ਸੀ ਮਾਨਯੋਗ ਅਦਾਲਤ ਤੋਂ, ਅਤੇ ਉਹ ਅਗਲੀ ਤਰੀਕ ਸਾਨੂੰ ਜੋ 1 ਮਈ 'ਤੇ ਉਹ ਰੱਖ ਦਿੱਤੇ ਗਏ ਹੈ ਮੈਟਰ। ਉਦੋਂ ਤੱਕ ਅਸੀਂ ਜਿੰਨਾ ਵੀ ਹੈ ਜੋ ਐਡਵਾਈਜ਼ਰੀ ਬੋਰਡ ਨੂੰ ਰੀਪ੍ਰਜੈਂਟੇਸ਼ਨਸ ਬਣਾ ਕੇ ਦੇਣੀਆਂ ਨੇ ਉਹ ਵੀ ਦੇਵਾਂਗੇ, ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਡਿਟੈਨਿਊਜ਼ ਦੇ ਬਿਆਵ 'ਤੇ ਜਿਹਨਾਂ ਨੂੰ NSA ਲਾ ਕੇ ਦਿਬੜੂਗੜ੍ਹ ਭੇਜਿਆ ਗਿਆ,
ਤੇ ਜਿਨ੍ਹਾਂ ਵਿੱਚ ਜੋ ਗੁਰਮੀਤ ਸਿੰਘ ਬੁੱਕਣ ਵਾਲਾ ਨੇ, ਕੁਲਵੰਤ ਸਿੰਘ ਰਾਉਕੇ ਨੇ, ਪ੍ਰਧਾਨ ਮੰਤਰੀ ਬਾਜੇ ਕੇ ਹੈ, ਦਲਜੀਤ ਸਿੰਘ ਕਲਸੀ ਨੇ, ਵਰਿੰਦਰ ਫੌਜੀ ਹੈ, ਬਸੰਤ ਸਿੰਘ ਹੈ ਤੇ ਜੋ ਪਪਲਪ੍ਰੀਤ ਸਿੰਘ ਨੇ, ਤੇ ਹੁਣ ਉਹਨਾਂ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਉੱਥੇ ਭੇਜ ਦਿੱਤਾ ਗਿਆ। ਤਾਂ ਇਹਨਾਂ ਸਾਰਿਆਂ ਦੀ ਜੋ ਹੁਣ ਜੋ ਪਹਿਲਾਂ ਜੋ ਪਰਮਿਸ਼ਨ ਨਹੀਂ ਸੀ ਦੇ ਰਹੇ ਮਿਲਣ ਦੇ ਲਈ, ਤਾਂ ਜੋ ਰੈਲੇਵੈਂਟ ਮਟੀਰੀਅਲ ਹੈ, ਗਰਾਊਂਡ ਜਿਹਨਾਂ ਨੂੰ ਚੈਲੰਜ ਕਰਨਾ ਚਾਹੁੰਦੇ ਸੀ ਥਰੂ ਰਿਟ ਪਟੀਸ਼ਨ, ਉਹ ਮਿਲ ਨਹੀਂ ਸੀ ਰਿਹਾ, ਹੁਣ ਉਹ ਮਿਲ ਚੁੱਕਿਆ। ਹੁਣ ਮਾਣਯੋਗ ਅਦਾਲਤ ਦੇ ਜੋ ਪ੍ਰੋਸੀਜਰ ਦੇ ਥਰੂ ਔਨ ਰਿਕਾਰਡ ਲੈ ਕੇ ਆ ਕੇ ਉਸ ਮਟੀਰੀਅਲ ਨੂੰ ਉਹਨਾਂ ਗਰਾਊਂਡਸ ਨੂੰ ਚੈਲੰਜ ਕਰਾਂਗੇ ਤੇ ਮਾਣਯੋਗ ਜੋ ਅਦਾਲਤ ਤੇ ਪੂਰਾ ਭਰੋਸਾ ਹੈ ਤੇ ਸਾਨੂੰ ਪੂਰੀ ਹੋਪ ਹੈ ਵੀ ਅਸੀਂ ਕਾਮਯਾਬ ਵੀ ਹੋਵਾਂਗੇ। ਤੇ ਉਹ ਜਿਹੜੇ ਨੌਜਵਾਨ ਨੇ, ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਡਿਬੜੂਗੜ੍ਹ ਵਿੱਚ ਨੇ, ਤੇ ਉਹ ਛੇਤੀ ਬਾਹਰ ਆਉਣਗੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।